ਤੋਂ ਹੜਤਾਲ ਤੇ ਗਏ ਪੀਆਰਟੀਸੀ ਅਤੇ ਕੰਟਰੈਕਟ ਵਰਕਰ। ਵੱਡੀ ਖਬਰ ਹੈ, ਦੱਸ ਦਈਏ ਕਿ ਪੀਆਰਟੀਸੀ ਦਾ ਚੰਡੀਗੜ੍ਹ ਡਿਪੂ ਬੰਦ ਕਰ ਦਿੱਤਾ ਗਿਆ ਹੈ। ਸਵੇਰ ਤੋਂ ਹੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ ਪਰ ਬੱਸ ਮੁਲਾਜ਼ਮ ਵੀ ਹੜਤਾਲ ਦੇ ਵਿੱਚ ਸ਼ਾਮਲ ਨੇ। ਤਾਂ ਵੱਡੀ ਖਬਰ ਹੈ, ਦੱਸ ਦਈਏ ਕਿ ਸਵਾਰੀਆਂ ਨੂੰ, ਆਮ ਲੋਕਾਂ ਨੂੰ ਜਿਹੜੇ ਬੱਸ ਦੇ ਵਿੱਚ ਸਫ਼ਰ ਕਰ ਸਕਦੇ ਨੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਮੁੜ ਹੜਤਾਲ ਤੇ ਗਏ ਪੀਆਰਟੀਸੀ ਦੇ ਕੰਟਰੈਕਟ ਵਰਕਰ। ਪੀਆਰਟੀਸੀ ਦਾ ਚੰਡੀਗੜ੍ਹ ਡਿਪੂ ਬੰਦ ਕਰ ਦਿੱਤਾ ਗਿਆ। ਸਵੇਰ ਤੋਂ ਹੀ ਬੱਸਾਂ ਨਹੀਂ ਚੱਲ ਰਹੀਆਂ ਪਰ ਬੱਸ ਮੁਲਾਜ਼ਮ ਜਿਹੜੇ ਨੇ ਉਹ ਵੀ ਹੜਤਾਲ ਦੇ ਵਿੱਚ ਸ਼ਾਮਲ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਇਸ ਤੋਂ ਪਹਿਲਾਂ ਜ਼ਿਕਰ ਕੀਤਾ ਜਾਏ ਤਾਂ 52 ਸਵਾਰੀਆਂ ਵਾਲਾ ਫੈਸਲਾ ਜਿਹੜਾ ਕੀਤਾ ਗਿਆ ਹੈ, ਉਸ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਖੱਜਲ ਖੁਆਰੀ ਸਵਾਰੀਆਂ ਨੂੰ ਹੋ ਰਹੀ ਹੈ। ਖਾਸ ਤੌਰ 'ਤੇ ਜਿਹੜੇ ਰੂਟੀਨ ਦੇ ਜਿਹੜੇ ਸਵਾਰੀਆਂ ਨੇ ਉਹਨਾਂ ਨੇ ਦਫ਼ਤਰ ਆਉਣਾ ਹੁੰਦਾ, ਕਿਸੇ ਨੇ ਕਾਲਜ ਜਾਣਾ ਹੁੰਦਾ, ਬੱਸਾਂ ਦੇ ਵਿੱਚ ਕਿਸੇ ਨੇ ਸਕੂਲ ਪਹੁੰਚਣਾ ਹੁੰਦਾ ਹੈ, ਤਾਂ ਇਹ ਪਰੇਸ਼ਾਨੀ ਜਿਹੜੀ ਹੈ ਉਹ ਵੱਧਦੀ ਨਜ਼ਰ ਆ ਰਹੀ ਹੈ। ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਡੀਪੂ ਚੰਡੀਗੜ੍ਹ ਵੱਲੋਂ ਅੱਜ ਮਿਤੀ 2 ਫਰਵਰੀ ਨੂੰ ਸਵੇਰੇ ਪਹਿਲੇ ਟਾਈਮ ਤੋਂ ਡੀਪੂ ਬੰਦ ਕੀਤਾ ਹੋਇਆ। ਡੀਪੂ ਬੰਦ ਕਰਨ ਦੇ ਤਕਰੀਬਨ ਅਸੀਂ 15 ਦਿਨ ਪਹਿਲਾਂ ਮੈਨੇਜਮੈਂਟ ਨੂੰ ਇੱਕ ਨੋਟਿਸ ਦੇ ਕੇ ਆਪਦੀਆਂ ਮੰਗਾਂ ਮੈਨੇਜਮੈਂਟ ਨੂੰ ਦੱਸ ਚੁੱਕੇ ਹਾਂ ਔਰ 15 ਦਿਨ ਹੋ ਗਏ ਮੈਨੇਜਮੈਂਟ ਨੇ ਹਾਲੇ ਤੱਕ ਸਾਡੇ ਨਾਲ ਮੀਟਿੰਗ ਸੱਦ ਕੇ ਕੋਈ ਗੱਲਬਾਤ ਨਹੀਂ ਕੀਤੀ ਅਤੇ ਮੰਗਾਂ ਸਾਡੀਆਂ 1 ਕਿਲੋਮੀਟਰ ਮਾਲਕਾਂ ਦੀ ਇੰਨੀ ਕੁ ਗੁੰਡਾਗਰਦੀ ਪੀਆਰਟੀਸੀ ਚੰਡੀਗੜ੍ਹ ਡੀਪੂ 'ਚ GMA ਸਭਾ ਨਾਲ ਮਿਲੀ ਭੁਗਤ ਕਰਕੇ ਇੰਨੀ ਗੁੰਡਾਗਰਦੀ ਵੱਧ ਚੁੱਕੀ ਹੈ ਵੀ ਸਾਡੇ ਇੱਕ ਕੰਡਕਟਰ ਵੀਰ ਨੂੰ OSBK 123 ਨੂੰ ਸਰੇਆਮ ਗਾਲਾਂ ਕੱਢ ਰਿਹਾ। ਮਾਵਾਂ ਭੈਣਾਂ ਦੀਆਂ ਜਾਂ ਧੀਆਂ ਦੀਆਂ, 1 ਸਾਲ ਦੀ ਉਹਦੀ ਬੇਟੀ ਆ, ਇੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਜੀ ਉਹ ਕੰਡਕਟਰ ਨੂੰ। ਅਤੇ ਉਹਦੇ 'ਤੇ ਅਸੀਂ ਕੰਡਕਟਰ ਵੱਲੋਂ ਵੀ ਰਿਪੋਰਟ ਕੀਤੀ ਅਤੇ ਥਾਣੇ 'ਚ ਵੀ ਕੰਪਲੇਂਟ ਕੀਤੀ ਹੋਈ ਆ। ਮੈਨੇਜਮੈਂਟ ਨੇ ਹਾਲੇ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਕਰੀ, ਉਲਟਾ ਸਾਡੇ ਕੰਡਕਟਰ ਦੀ ਕਾਰਵਾਈ ਕਰਕੇ ਉਹਦੀ ਡਿਊਟੀ ਉਸ ਗੱਡੀ ਤੋਂ ਪੱਟੀ ਹੋਈ ਹੈ। ਅਸੀਂ ਜਥੇਬੰਦੀ ਵੱਲੋਂ ਮੰਗ ਕਰਦੇ ਹਾਂ ਵੀ ਉਹ ਮਾਲਕ ਦੀਆਂ ਜਿੰਨੀਆਂ ਵੀ ਬੱਸਾਂ PRTC ਵਿਹੜੇ ਦੇ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਉਰੇ ਪਾਈਆਂ ਹੋਈਆਂ ਹੈ ਉਹਨਾਂ ਦਾ ਕਿਲੋਮੀਟਰ ਉਹ ਮਾਲਕਾਂ ਦੀਆਂ ਗੱਡੀਆਂ ਦਾ ਟੈਂਡਰ ਰੱਦ ਕੀਤਾ ਜਾਵੇ ਅਤੇ ਇੱਕ ਸਾਡਾ ਮਨੋਜ ਸ਼ਰਮਾ ਨੇ ਵੀ ਸਹਿਯੋਗੀ ਫੋਨ ਲਾਈਨ ਤੇ ਪਟਿਆਲਾ ਤੋਂ। ਮਨੋਜ, ਕੀ ਕੁਝ ਜਾਣਕਾਰੀ ਹੈ, ਕੀ ਪਹਿਲਾਂ ਤੋਂ ਹੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਾਂ ਫਿਰ ਇਹ ਅਚਨਚੇਤ ਫੈਸਲਾ ਲਿਆ ਗਿਆ ਹੈ? ਗੁਰਜੋਤ, ਮੈਂ ਦੱਸਦਾ ਕਿ 15 ਦਿਨ ਪਹਿਲਾਂ ਚੰਡੀਗੜ੍ਹ ਡੀਪੂ ਦੇ ਜਿਹੜੇ GM ਨੇ ਤੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ ਮੁਲਾਜ਼ਮਾਂ ਦੇ ਵੱਲੋਂ ਕਿ ਜੀ ਅਸੀਂ ਇਸ ਮੁੱਦੇ ਨੂੰ ਲੈ ਕੇ ਇਸ ਤਰੀਕ ਨੂੰ ਹੜਤਾਲ ਕਰ ਦਾਂਗੇ ਜੇਕਰ ਸਾਡੀ ਤੁਸੀਂ ਮੀਟਿੰਗ ਨਾ ਰੱਖੀ ਆਪਦੇ ਨਾਲ ਤੇ ਉਸ ਮੁੱਦੇ ਦੇ ਉੱਪਰ ਕਿ ਕੰਡਕਟਰ ਦੇ ਨਾਲ ਕਿਸ ਤਰ੍ਹਾਂ ਭੈੜਾ ਵਿਹਾਰ ਕੀਤਾ ਗਿਆ। ਤੇ ਉਸ ਤੋਂ ਬਾਅਦ ਗੁਰਜੋਤ, ਅੱਜ ਚੰਡੀਗੜ੍ਹ ਡੀਪੂ ਦੇ ਵਿੱਚ ਹੜਤਾਲ ਕੀਤੀ ਗਈ ਹੈ ਤੇ ਦੂਜੀ ਕਿ ਮੈਂ ਹੋਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਆਂ ਕਿ ਜਿਹੜੀ PRTC ਪਨਬੱਸ ਦੇ ਮੁਲਾਜ਼ਮ ਆਗੂ ਨੇ ਸਹਿਜਪਾਲ ਸਿੰਘ, ਉਹਨਾਂ ਨੇ ਵੀ ਅੱਜ ਐਲਾਨ ਕੀਤਾ ਕਿ ਅਸੀਂ ਕੱਲ੍ਹ ਤੋਂ ਜੇਕਰ ਇਸ ਮੁੱਦੇ ਤੇ ਚੰਡੀਗੜ੍ਹ ਡੀਪੂ ਦਾ ਹੱਲ ਨਹੀਂ ਹੋਇਆ, ਜਿਹੜਾ ਮੁਲਾਜ਼ਮਾਂ ਨੇ ਉੱਥੇ ਮੰਗ ਰੱਖੀ ਹੈ, ਤਾਂ ਕੱਲ੍ਹ ਤੋਂ ਬਾਅਦ ਅਸੀਂ ਪਟਿਆਲਾ ਡੀਪੂ ਤੇ ਜਿਹੜੇ ਹੋਰ ਸਹਿਯੋਗੀ ਡੀਪੂ ਨੇ ਸੰਗਰੂਰ, ਬਰਨਾਲਾ, ਮਾਨਸਾ ਜਿੰਨੇ ਡੀਪੂ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਅਸੀਂ ਬੱਸਾਂ ਦਾ ਚੱਕਾ ਜਾਮ ਕਰਾਂਗੇ ਜੇਕਰ ਸਾਡੀ ਮੰਗ ਨਾ ਮੰਨੀ ਗਈ। ਸੋ ਕੱਲ ਜੇਕਰ PRTC ਪੂਰੇ ਪੰਜਾਬ ਦੇ ਆਪਣੇ ਡੀਪੂਆਂ ਦੇ ਵਿੱਚ ਵਰਕਰ ਹੜਤਾਲ ਕਰਦੇ ਨੇ ਤਾਂ ਜਿਹੜੀ ਪਹਿਲੀ ਸਮੱਸਿਆ ਆ ਰਹੀ ਹੈ ਕਿ 52 ਸੀਟਾਂ ਦਾ ਮੁੱਦਾ ਉੱਠਿਆ ਹੋਇਆ ਤੇ ਉਸ ਤੋਂ ਬਾਅਦ ਗੁਰਜੋਤ ਆਉਣ ਵਾਲੇ ਦਿਨਾਂ 'ਚ ਕੱਲ ਤੋਂ ਬਾਅਦ ਜੇਕਰ ਹੜਤਾਲ ਹੁੰਦੀ ਹੈ ਤਾਂ ਸਵਾਰੀਆਂ ਨੂੰ, ਖਾਸ ਤੌਰ ਤੇ ਜਿਹੜੇ ਰੋਜ਼ਾਨਾ ਡਿਊਟੀ ਤੇ ਜਾਂਦੇ ਨੇ ਉਹਨਾਂ ਲੋਕਾਂ ਲਈ ਇੱਕ ਵੱਡੀ ਪਰੇਸ਼ਾਨੀ ਹੋ ਸਕਦੀ ਹੈ ਜੀ। ਠੀਕ ਹੈ, ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਦੀ, ਧੰਨਵਾਦ ਹੈ। ਤਾਂ PRTC ਦਾ ਜਿਹੜਾ ਡਿਪੂ ਚੰਡੀਗੜ੍ਹ ਵਾਲਾ ਹੈ ਉਹ ਪੂਰਾ ਬੰਦ ਕਰ ਦਿੱਤਾ ਗਿਆ ਹੈ। ਸਵੇਰ ਤੋਂ ਹੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ ਔਰ ਪਹਿਲਾਂ ਤੋਂ ਹੀ 15 ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਔਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਹੱਦ ਵੱਡੀ ਗਿਣਤੀ ਦੇ ਵਿੱਚ, ਖਾਸ ਤੌਰ 'ਤੇ 24 ਤੇ 48 ਘੰਟੇ
ਜ਼ਿਆਦਾ ਮੁਸ਼ਕਿਲ ਭਰੇ ਨੇ ਔਰ ਇਸ ਦੌਰਾਨ ਹੋ ਸਕਦਾ ਕਿ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਵੇ, ਰਾਬਤਾ ਹੋਵੇ ਔਰ ਇਹ ਹੜਤਾਲ ਜਿਹੜੀ ਹੈ ਕੈਂਸਲ ਹੋ ਜਾਵੇ, ਪਰ ਜਦੋਂ ਤੱਕ ਕੋਈ ਮੀਟਿੰਗ ਨਹੀਂ ਹੁੰਦੀ ਉਦੋਂ ਤੱਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।